ਮੰਤਰੀ ਸ਼ਹਿਰ 'ਚ ਬੋਰਡ ਲੈ ਕੇ ਗਿਆ ਸਿੱਧੂ ਧਰੇ, ਬੋਲੋ ਵੀ ਸਾਰਾ ਪੰਜਾਬ ਸਿੱਧੂ ਦੇ ਨਾਲ, ਕਿਸ ਤਰ੍ਹਾਂ 2024 ਇਲੈਕਸ਼ਨ ਕਿਸ ਤਰ੍ਹਾਂ ਦੇਖਦੇ ਤੁਹਾਨੂੰ? ਦੇਖੋ ਮੈਂ ਅੱਜ ਰਜਿੰਦਰਾ ਹਸਪਤਾਲ 'ਚ ਆਇਆ ਜੀ। ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਕੋਵਿਡ ਦਾ ਇੱਕ ਨਵਾਂ ਵੇਰੀਅੰਟ ਜਿਹੜਾ ਹੈਗਾ ਓਮੀਕਰੋਨ ਦਾ JN1 ਉਹਦਾ ਥੋੜ੍ਹਾ ਜਿਹਾ ਸੀਗਾ, ਅਤੇ ਮੈਂ ਸਾਰਾ ਉਹਦਾ ਜਾਇਜ਼ਾ ਲਿਆ ਜੀ। ਉਹਦੇ ਵਾਸਤੇ ਜਿਹੜਾ ਸਾਡਾ ਕੋਵਿਡ ਦਾ ਵਾਰਡ ਹੈ ਖਾਲੀ ਪਿਆ, ਬਿਲਕੁਲ ਤਿਆਰ ਹੈ ਜੀ। ਸਾਰੀਆਂ ਮੈਡੀਸਨਸ ਹੈ, ਐਮਰਜੈਂਸੀ ਮੈਡੀਸਨਸ ਹੈ, ਆਕਸੀਜਨ ਦੀ ਸਪਲਾਈ ਹੈ, ਔਰ ਸਾਰੇ ਸਾਡੇ ਕੋਲ ਵੈਂਟੀਲੇਟਰ ਔਰ ਜਿਹੜੇ ਹਾਈ ਫਲੂ ਨੇਜ਼ਲ ਕੈਨਲਾ ਵਗੈਰਾ ਸਾਰੀ ਸਾਡੀ ਪੂਰੀ ਤਿਆਰੀ ਹੈ। ਇਸੇ ਤਰ੍ਹਾਂ ਜਿਹੜਾ ਸਵਾਈਨ ਫਲੂ ਦਾ ਅਲੱਗ ਵਾਰਡ ਜਿਹੜਾ ਉਹ ਤਿਆਰ ਹੈ, ਪੂਰੀ ਤਿਆਰੀ ਹੈ ਜੀ। ਜਿੱਦਾਂ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈ ਕਿ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ, ਔਰ ਮੈਂ ਲੋਕਾਂ ਨੂੰ ਸ਼ੋਰ ਕਰਦਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਸਾਡੇ ਮੁੱਖ ਮੰਤਰੀ ਸਾਹਿਬ ਪੂਰਾ ਧਿਆਨ ਰੱਖ ਰਹੇ, ਅਸੀਂ ਸਾਰਾ ਜਾ ਕੇ ਆਪ ਮੈਂ ਇਕੱਲੇ ਇਕੱਲੇ ਹਸਪਤਾਲ 'ਤੇ ਵੀ ਸਾਰਾ ਧਿਆਨ ਰੱਖ ਰਿਹਾ ਉਹਦਾ, ਔਰ ਸਾਰਾ ਪੰਜਾਬ ਫੁੱਲੀ ਗੀਅਰਡ ਹੈ ਜੀ। ਔਰ ਕੋਈ ਇਸ ਵੇਲੇ ਕੋਈ ਜਿਹੜਾ ਹੈਗਾ ਜਿਵੇਂ ਸਾਡੀ ਵਿਸ਼ਵ ਸਿਹਤ ਸੰਸਥਾ ਕਹਿੰਦੀ ਵੀ ਇਟਸ ਏ ਵੇਰੀਐਂਟ ਆਫ ਇੰਟਰਸਟ ਨੋਟ ਵੇਰੀਐਂਟ ਆਫ ਕੰਸਰਨ। ਸੋ ਕਿਸੇ ਨੂੰ ਆਪਣਾ ਕੰਮ ਕਰੋ ਜੀ, ਔਰ ਆਪਣੇ ਪਰਿਵਾਰ ਦਾ ਧਿਆਨ ਰੱਖੋ, ਆਪਣੀ ਸਿਹਤ ਦਾ ਧਿਆਨ ਰੱਖੋ, ਆਪਣਾ ਬਚਾਅ ਰੱਖੋ। ਜ਼ਰੂਰ ਜਿਹੜੇ ਬੰਦੇ ਸ਼ੂਗਰ ਦੇ ਮਰੀਜ਼ ਆ, ਕੈਂਸਰ ਦੇ ਮਰੀਜ਼ ਆ, ਜਾਂ ਜਿਹੜੀ ਕੋਈ ਹੋਰ ਉਹਨਾਂ ਨੂੰ ਕਿਸੇ ਨੂੰ ਕੋਈ ਇਮਿਊਨ ਕੰਪਰੋਮਾਈਜ਼ਡ ਹੈ, ਕੋਈ ਸਾਹ ਦੀ ਬਿਮਾਰੀ ਕਰਕੇ ਸਟੀਰੋਇਡ ਲੈਂਦੇ ਆ, ਗੁਰਦੇ ਫੇਲ ਹੈ, ਉਹਨਾਂ ਨੂੰ ਜ਼ਰੂਰ ਭੀੜ ਭੜੱਕੇ ਤੋਂ ਬਚਣਾ ਚਾਹੀਦਾ। ਔਰ ਜਿਹੜੇ ਨੋਰਮਲ ਫਲੂ ਹੈ ਉਹ ਉਸ ਤੋਂ ਵੀ ਬਚਣਾ ਚਾਹੀਦਾ, ਜਿਹਨੂੰ ਅਸੀਂ ਸਵਾਈਨ ਫਲੂ ਵੀ ਕਹਿ ਦਿੰਦੇ ਹਾਂ। ਉਹਨਾਂ ਨੂੰ ਲੋੜ ਹੈ ਵੀ ਜੇ ਕਿਤੇ ਭੀੜ ਭੜੱਕੇ 'ਤੇ ਜਾਣ, ਕਿਤੇ ਮੇਲੇ 'ਚ ਜਾਣ, ਤਾਂ ਆਪਣਾ ਉਹ ਮਾਸਕ ਪਾ ਕੇ ਜਾਣ। ਬਾਕੀ ਸਾਰਿਆਂ ਨੂੰ ਹੈਗਾ ਕੋਈ ਪੈਨਿਕ ਦੀ ਲੋੜ ਨਹੀਂ ਹੈ, ਆਪਣਾ ਕੌਸ਼ਨ ਦੀ ਲੋੜ ਹਮੇਸ਼ਾ ਹੁੰਦੀ ਹੈ, ਔਰ ਉਹ ਗਿਆ ਹੈ। ਆਪਣਾ ਧਿਆਨ ਰੱਖੋ, ਔਰ ਜਿਹੜਾ ਹੈਗਾ ਆਪਣਾ ਪਰਿਵਾਰ ਦਾ ਧਿਆਨ ਰੱਖੋ। ਟੇਕ ਕੇਅਰ, ਗੁੱਡ ਵਿਸ਼ਸ। ਮੈਂ ਸਰ ਸਿੱਧੂ ਸਰ ਨੇ ਦੁਬਾਰਾ ਤੋਂ ਐਂਟਰੀ ਮਾਰੀ, ਸਿੱਧੂ ਜੋੜੇ ਨੇ ਦੁਬਾਰਾ ਤੋਂ ਇਲੈਕਸ਼ਨ 'ਚ ਐਂਟਰੀ ਕੀਤੀ ਆ, ਕਿੰਨੇ ਕੁ ਤਿਆਰੀ? ਦੇਖੋ ਜੀ, ਗੱਲ ਇਹ ਆ ਵੀ ਇਹ ਸਾਰਾ ਜਿਹੜਾ ਹੈਗਾ ਇਹ ਪੋਲੀਟਿਕਸ ਹੈਗਾ, ਇਹ ਚੱਲਦੀ ਰਹੇਗੀ। ਇਸ ਵੇਲੇ ਜਿਹੜਾ ਹੈਗਾ ਉਹ ਪਾਰਲੀਮੈਂਟ ਦੀ ਇਲੈਕਸ਼ਨ ਬਹੁਤ ਦੂਰ ਆ, ਇਹਦੇ ਬਾਰੇ ਜਦੋਂ ਆਏਗਾ ਅਸੀਂ ਜਦੋਂ, ਸਾਰਿਆਂ ਨੂੰ ਹੱਕ ਹੈ ਜੀ, ਇੱਕ ਆਜ਼ਾਦ ਦੇਸ਼ ਹੈ, ਸਿੱਧੂ ਜੋੜੇ ਨੂੰ ਵੀ ਬਾਕੀ ਸਾਰੇ ਜੋੜਿਆਂ ਨੂੰ ਵੀ ਜਿਹੜਾ ਮਰਜ਼ੀ ਜੋੜਾ ਐਂਟਰੀ ਮਾਰੇ ਜੀ, ਸਭ ਦਾ ਸਵਾਗਤ ਹੈ ਜੀ। ਉਹਨਾਂ ਨੂੰ ਵਿਧਾਨ ਟੈਸਟ ਹੁੰਦਾ ਜਿਹੜਾ ਕਿ ਬਾਹਰ ਮਹਿੰਗਾ ਹੈ, 1000 ਰੁਪਏ ਦਾ ਬਾਹਰ, ਉਹਨੂੰ ਨਹੀਂ ਰਜਿੰਦਰਾ ਤੋਂ ਨਹੀਂ ਕਰਾ ਸਕਦੇ, ਬਹੁਤ ਗਰੀਬ ਹੈਗੇ ਫਿਰ ਉਹ ਕਰਵਾਉਂਦੇ ਆ ਜੀ। ਉਹਦੀਆਂ ਜਿਹੜੀਆਂ ਕਿੱਟਸ ਹੈਗੀਆਂ ਉਹ ਲਿਮਿਟਡ ਸੀਗੀਆਂ, ਮੈਂ ਆਲਰੇਡੀ ਕਹਿ ਦਿੱਤਾ ਹੈਗਾ, ਮੈਂ ਆਲਰੇਡੀ ਜਿਹੜਾ ਹੈਗਾ DRM ਸਾਹਿਬ ਨੂੰ ਕਨਵੇ ਕਰਤਾ ਵੀ ਇਹਦੀਆਂ ਕਿੱਟਸ ਖਰੀਦੋ, ਸਾਰੇ ਟੈਸਟ ਅੰਦਰ ਹੋਣਗੇ ਜੀ, ਸਾਰੀਆਂ ਦਵਾਈਆਂ। ਮੈਂ ਇਹ ਵੀ ਦੇਖਣ ਆਇਆ ਸੀਗਾ ਅਤੇ ਮੈਂ ਕਹਿ ਦਿੱਤਾ ਕਿ ਸਾਰੇ ਟੈਸਟ ਅੰਦਰ ਹੀ ਕਰਨੇ ਆ, ਬਾਹਰ ਨਹੀਂ ਭੇਜਣਾ ਜੀ। ਮਤਲਬ MCA ਵੀ ਮੌਜੂਦ ਹੈਗਾ ਸਰ? ਉਹ ਗੱਲ ਹੈ, ਉਹ ਦਵਾਈਆਂ ਦਾ ਵੀ ਇਸ਼ੂ ਸੀਗਾ, ਉਹ ਵੀ ਮੈਂ ਕਹਿ ਦਿੱਤਾ ਸੀ ਅਕੁਆਇਰ ਕਰ ਰਹੇ ਹਾਂ ਜੀ। ਇਹ ਸਾਡਾ ਜਿਹੜਾ ਟਾਰਗੇਟ ਹੈ ਉਹ ਜਿਹੜਾ ਫਰਵਰੀ ਦੇ ਪਹਿਲੇ ਮਹੀਨੇ ਤੱਕ ਇਹ ਸਾਰੀ ਜਿਹੜੀ ਪਾਲਿਸੀਆਂ ਨਵੀਆਂ ਨਾ ਜੀ, ਸਾਰੀਆਂ ਦਵਾਈਆਂ ਅੰਦਰੋਂ, ਸਾਰੇ ਟੈਸਟ ਅੰਦਰੋਂ ਫਰਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ, ਇੱਕ ਮਹੀਨੇ ਦੇ ਵਿੱਚ ਅਸੀਂ ਇਹ ਲਾਗੂ ਕਰ। ਮਤਲਬ ਜਿਹੜੇ MCA ਇਲੈਕਸ਼ਨ ਆ 2000 MPA ਬਾਅਦ ਹੋ ਗਈ, MPA ਤੋਂ ਪਹਿਲਾਂ ਹੋ ਜਾਵੇ? ਕੋਈ ਨਹੀਂ, ਉਹ ਵੀ ਹੋਣਗੇ ਸਾਰੇ ਜੀ, ਸਾਰੀਆਂ ਇਲੈਕਸ਼ਨ ਹੋਣਗੀਆਂ, ਇਲੈਕਸ਼ਨ ਕਮਿਸ਼ਨ ਦਾ ਕੰਮ ਹੈ, ਉਹ ਕਰ ਰਿਹਾ ਸਾਰੇ।